ਹਾਂਜੀ ਬੱਚੇ, ਜਿਹੜਾ ਅੱਜ ਆਪਣਾ ਨੈਕਸਟ ਟੋਪਿਕ ਹੈ ਅੱਜ ਦਾ, ਉਹ ਆਪਣਾ ਹੈਗਾ ਫ੍ਰੀ ਰੈਡੀਕਲਸ। ਆਪਾਂ ਪਹਿਲਾਂ ਬਿਲਕੁਲ ਇਸ ਪੇਪਰ ਦੀ ਸ਼ੁਰੂਆਤ ਦੇ ਵਿੱਚ ਵੀ ਕਰ ਚੁੱਕੇ ਹਾਂ ਕਿ ਇਸ ਚੈਪਟਰ ਦੀ ਸ਼ੁਰੂਆਤ ਦੇ ਵਿੱਚ ਕਰ ਚੁੱਕੇ ਸੀ ਕਿ ਫ੍ਰੀ ਰੈਡੀਕਲਸ ਕੀ ਹੁੰਦੇ ਆ। ਕਿ ਮੰਨ ਲਓ ਏ ਅਤੇ ਬੀ ਦੇ ਵਿੱਚ ਬੌਂਡ ਹੈ, ਬੀ ਆਪਣਾ ਇਲੈਕਟ੍ਰੋਨ ਲੈ ਕੇ ਚਲਾ ਗਿਆ ਔਰ ਏ ਆਪਣਾ ਇਲੈਕਟ੍ਰੋਨ, ਏ ਦੇ ਉੱਤੇ ਵੀ ਇੱਕ ਸਿੰਗਲ ਪੇਅਰ ਆ, ਸਿੰਗਲ ਇਲੈਕਟ੍ਰੋਨ ਆ ਗਿਆ, ਬੀ ਉੱਤੇ ਵੀ ਕੀ ਆ ਗਿਆ, ਇੱਕ ਸਿੰਗਲ ਇਲੈਕਟ੍ਰੋਨ ਆ ਗਿਆ। ਜਦੋਂ ਕਾਰਬਨ ਉੱਤੇ ਤੁਹਾਨੂੰ ਇੱਦਾਂ ਦਾ ਇੱਕ ਸਿੰਗਲ ਇਲੈਕਟ੍ਰੋਨ ਦਿਖਦੇ ਆ ਤਾਂ ਉਹਨੂੰ ਆਪਾਂ ਕੀ ਬੋਲਦੇ ਹਾਂ? ਫ੍ਰੀ ਰੈਡੀਕਲ। ਠੀਕ ਹੈ, ਤਾਂ ਫ੍ਰੀ ਰੈਡੀਕਲ ਆਪਾਂ ਕਦੋਂ ਬੋਲਾਂਗੇ? ਜਦੋਂ ਕੋਈ ਵੀ ਐਟਮ ਜਾਂ ਕੋਈ ਵੀ ਗਰੁੱਪ ਜਿਹਦੇ ਕੋਲ ਅਨਪੇਅਰਡ ਇਲੈਕਟ੍ਰੋਨ ਹੈ ਤਾਂ ਉਹਨੂੰ ਕੀ ਬੋਲਿਆ ਜਾਂਦਾ? ਫ੍ਰੀ ਰੈਡੀਕਲ ਬੋਲਿਆ ਜਾਂਦਾ। ਔਰ ਇਹ ਇਲੈਕਟ੍ਰੋਨ ਨੂੰ ਆਪਾਂ ਡੋਟ ਨਾਲ ਕੀ ਕਰਦੇ ਹਾਂ? ਰੀਪ੍ਰਜੈਂਟ ਕਰਦੇ ਹਾਂ। ਇਹਦੇ ਜੋ ਕਰੈਕਟਰਿਸਟਿਕਸ ਨੇ ਉਹ ਕੀ ਨੇ ਬੱਚੇ? ਇਹ ਵੀ ਸ਼ੋਰਟ ਲਿਵਡ ਸਪੀਸੀਜ਼ ਹੁੰਦੀ ਹੈ ਔਰ ਪੈਰਾਮੈਗਨੈਟਿਕ ਇਨ ਨੇਚਰ ਹੁੰਦੀ ਹੈ। ਪੈਰਾਮੈਗਨੈਟਿਕ ਦਾ ਮਤਲਬ ਕੀ ਹੁੰਦਾ? ਲੋਨ ਪੇਅਰ ਆਫ ਲੋਨ, ਇੱਕੋ ਹੀ ਇਲੈਕਟ੍ਰੋਨ ਹੋਣਾ, ਮੀਨਸ ਪੇਅਰਿੰਗ ਦੇ ਵਿੱਚ ਨਹੀਂ ਹੁੰਦੇ ਇਲੈਕਟ੍ਰੋਨ, ਸਿਰਫ ਇੱਕ ਸਿੰਗਲ ਇਲੈਕਟ੍ਰੋਨ ਹੁੰਦਾ, ਉਹਨੂੰ ਕੀ ਬੋਲਿਆ ਜਾਂਦਾ? ਪੈਰਾਮੈਗਨੈਟਿਕ। ਠੀਕ ਹੈ, ਔਰ ਇਹ ਹਾਈਲੀ ਸ਼ੋਰਟ ਲਿਵਡ ਸਪੀਸੀਜ਼ ਹੁੰਦੀਆਂ ਨੇ, ਮੀਨਸ ਜ਼ਿਆਦਾ ਟਾਈਮ ਤੱਕ ਨਹੀਂ ਰਹਿੰਦੀਆਂ, ਤਾਂ ਹਾਈਲੀ ਕੀ ਹੋ ਜਾਂਦੀਆਂ ਨੇ? ਰਿਐਕਟਿਵ ਹੋ ਜਾਂਦੀਆਂ ਨੇ। ਉਸ ਤੋਂ ਬਾਅਦ ਆਪਣੇ ਕੋਲ ਕੀ ਹੈ? ਫੋਰਮੇਸ਼ਨ ਆਫ ਫ੍ਰੀ ਰੈਡੀਕਲਸ। ਠੀਕ ਹੈ, ਫੋਰਮੇਸ਼ਨ ਆਫ ਫ੍ਰੀ ਰੈਡੀਕਲਸ ਦੇ ਵਿੱਚ ਕੀ ਕਰਨਾ? ਜਿਵੇਂ ਮੰਨ ਲਓ ਬੈਂਜੋਇਲ ਪਰੋਕਸਾਈਡ ਹੈ, ਇਹਨੂੰ ਆਪਾਂ ਕੀ ਬੋਲਦੇ ਹਾਂ? ਪਰੋਕਸਾਈਡ ਬੋਲਦੇ ਹਾਂ। ਜਦੋਂ ਓ ਬੌਂਡ ਓ ਹੁੰਦਾ, ਇੱਥੇ ਕੀ ਹੁੰਦਾ ਕਿ ਉਹ ਆਹ ਵਾਲਾ ਆਪਣਾ ਇਲੈਕਟ੍ਰੋਨ ਲੈ ਕੇ ਚਲਾ ਜਾਊਗਾ ਔਰ ਇਹ ਵਾਲਾ ਆਪਣਾ ਇਲੈਕਟ੍ਰੋਨ, ਤਾਂ ਤੁਹਾਡੇ ਕੋਲ ਬੈਂਜੋਇਲ ਜੋ ਹੈਗਾ ਬੈਂਜੋਇਲ ਆਕਸੀ ਫ੍ਰੀ ਰੈਡੀਕਲ ਬਣ ਜਾਂਦਾ। ਔਰ ਇਹ ਵਾਲਾ ਜਿਹੜਾ ਆਪਣੇ ਕੋਲ ਯੂਜ਼ ਹੁੰਦਾ, ਆਪਣੇ ਕੋਲ ਮਤਲਬ ਫ੍ਰੀ ਰੈਡੀਕਲ ਯੂਜ਼ ਹੁੰਦਾ, ਇਹ ਐਂਟੀ ਮਾਰਕੋਨਿਕਵ ਰੂਲ ਦੇ ਵਿੱਚ ਬਹੁਤ ਜ਼ਿਆਦਾ ਯੂਜ਼ ਹੁੰਦਾ, ਜੋ ਤੁਸੀਂ ਪਲੱਸ ਟੂ ਕਲਾਸ ਦੇ ਵਿੱਚ ਕਰਕੇ ਆਏ ਹੋਵੋਗੇ, ਮਾਰਕੋਨਿਕਵ ਐਂਡ ਐਂਟੀ ਮਾਰਕੋਨਿਕਵ ਰੂਲ। ਠੀਕ ਹੈ, ਸੇਮ ਤੁਸੀਂ ਕੀ ਕਰ ਸਕਦੇ ਹੋ? ਮੰਨ ਲਓ ਮਿਥਾਇਲ ਲੈਡ ਹੈ, ਇਹਨੂੰ ਤੁਸੀਂ ਹੀਟ ਕੀਤਾ, ਤੁਹਾਡੇ ਕੋਲ ਲੈਡ ਪਲੱਸ ਕੀ ਬਣ ਜਾਂਦਾ? ਫ੍ਰੀ ਰੈਡੀਕਲ ਬਣ ਜਾਂਦਾ। ਇਹਨਾਂ ਦੇ ਵਿੱਚ ਕੋਵਲੈਂਟ ਬੌਂਡਿੰਗ ਹੁੰਦੀ ਹੈ, ਮੀਨਸ ਸ਼ੇਅਰਿੰਗ ਹੁੰਦੀ ਹੈ, ਸ਼ੇਅਰਿੰਗ ਬਾਅਦ ਦੇ ਵਿੱਚ ਟੁੱਟ ਜਾਂਦੀ ਹੈ। ਫਾਈਨ, ਉਸ ਤੋਂ ਬਾਅਦ ਆ ਗਿਆ ਬੱਚੇ ਸਟਰਕਚਰ ਆਫ ਫ੍ਰੀ ਰੈਡੀਕਲ। ਸਟਰਕਚਰ ਆਫ ਫ੍ਰੀ ਰੈਡੀਕਲ ਦੇ ਵਿੱਚ ਕੀ ਲਿਖੋਗੇ ਕਿ ਜਿਹੜਾ ਕਾਰਬਨ ਹੈ ਉਹ ਕੀ ਹੁੰਦਾ? ਐਸ ਪੀ ਟੂ ਹਾਈਬ੍ਰਿਡਾਈਜ਼ਡ ਹੁੰਦਾ। ਠੀਕ ਹੈ, ਇਹਦੇ ਕੋਲ ਤਿੰਨ ਕੀ ਹੁੰਦੇ ਨੇ? ਹਾਈਬ੍ਰਿਡਾਈਜ਼ਡ ਬੌਂਡ ਹੁੰਦੇ ਨੇ, ਇੱਕ ਕੀ ਹੁੰਦਾ? ਅਨਹਾਈਬ੍ਰਿਡਾਈਜ਼ਡ ਬੌਂਡ ਹੁੰਦਾ। ਅਨਹਾਈਬ੍ਰਿਡਾਈਜ਼ਡ ਬੌਂਡ ਦੇ ਵਿੱਚ ਇੱਕ ਇਲੈਕਟ੍ਰੋਨ ਪ੍ਰੈਜੈਂਟ ਹੁੰਦਾ। ਠੀਕ ਹੈ, ਅਤੇ ਜਿਹੜਾ ਇਹਦਾ ਬੌਂਡ ਐਂਗਲ ਹੁੰਦਾ ਉਹ ਕਿੰਨਾ ਹੁੰਦਾ ਬੱਚੇ? 120 ਡਿਗਰੀ ਹੁੰਦਾ ਈਚ ਬੌਂਡ ਐਂਗਲ ਇਹਦਾ। ਠੀਕ ਹੈ, ਇਹ ਆਪਣੇ ਕੋਲ ਕੀ ਆ ਜਾਂਦਾ? ਸਟਰਕਚਰ ਆਫ ਫ੍ਰੀ ਰੈਡੀਕਲ ਦੇ ਵਿੱਚ ਆ ਜਾਂਦਾ। ਫਾਈਨ, ਉਸ ਤੋਂ ਬਾਅਦ ਕਲਾਸੀਫਿਕੇਸ਼ਨ ਆ ਗਈ। ਕਲਾਸੀਫਿਕੇਸ਼ਨ ਦੇ ਵਿੱਚ ਸਿੰਪਲ ਕੀ ਹੁੰਦਾ? ਅਗਰ ਤਾਂ ਤਿੰਨ ਆਲੇ ਦੁਆਲੇ CH3 ਗਰੁੱਪ ਲੱਗਿਆ ਹੋ ਤਾਂ ਟਰਸ਼ਰੀ ਹੋਊਗਾ, ਅਗਰ ਦੋ ਲੱਗੇ ਹੋਏ ਸੈਕੰਡਰੀ ਹੋਊਗਾ, ਜੇ ਇੱਕ ਲੱਗਿਆ ਤਾਂ ਪ੍ਰਾਇਮਰੀ ਹੋਊਗਾ, ਇੱਕ ਲੱਗਿਆ ਤਾਂ ਪ੍ਰਾਇਮਰੀ ਹੋਊਗਾ, ਜੇ ਕੋਈ ਵੀ ਨਹੀਂ ਲੱਗਿਆ ਤਾਂ ਤੁਹਾਡੇ ਕੋਲ ਕੀ ਹੋਊਗਾ? ਮਿਥਾਇਲ ਫ੍ਰੀ ਰੈਡੀਕਲ ਹੋਊਗਾ। ਫਾਈਨ, ਇਹਦੀ ਜਿਹੜੀ ਸਟੇਬਿਲਿਟੀ ਆ, ਮੀਨਸ ਸਭ ਤੋਂ ਜ਼ਿਆਦਾ ਸਟੇਬਲ ਕਿਹੜਾ ਹੁੰਦਾ? ਟਰਸ਼ਰੀ, ਉਸ ਤੋਂ ਬਾਅਦ ਸੈਕੰਡਰੀ, ਉਸ ਤੋਂ ਬਾਅਦ ਪ੍ਰਾਇਮਰੀ, ਅਤੇ ਉਸ ਤੋਂ ਬਾਅਦ ਕਿਹੜਾ ਹੁੰਦਾ ਤੁਹਾਡੇ ਕੋਲ? ਮਿਥਾਇਲ ਹੁੰਦਾ। ਇਹ ਕਿਹਦੇ ਨਾਲ ਮਤਲਬ ਰਿਲੇਟਡ ਹੁੰਦੇ ਨੇ? ਬੌਂਡ ਡਿਸੋਸੀਏਸ਼ਨ ਐਨਰਜੀ। ਦੇਖੋ, ਅੱਜ ਤੱਕ ਆਪਾਂ ਜੋ ਕਾਰਬੋਕਟਾਈਨ ਜਾਂ ਕਾਰਬੋਐਨਾਈਨ ਵਿੱਚ ਕਰਦੇ ਆਏ ਹਾਂ, ਉਹ ਆਪਾਂ ਯੂਜ਼ਲੀ ਕੀ ਲੈਂਦੇ ਹੁੰਦੇ ਸੀਗੇ? ਪਲੱਸ ਆਈ ਇਫੈਕਟ ਦੇ ਹਿਸਾਬ ਨਾਲ ਲੈਂਦੇ ਸੀ। ਪਰ ਇਹਦੇ ਵਿੱਚ ਕਿਹਦੇ ਹਿਸਾਬ ਨਾਲ ਆਉਂਦਾ? ਤੁਹਾਡਾ ਬੌਂਡ ਡਿਸੋਸੀਏਸ਼ਨ ਐਨਰਜੀ ਦੇ ਹਿਸਾਬ ਨਾਲ ਆਉਂਦਾ। ਅਤੇ ਇਹਦੇ ਵਿੱਚ ਜਿਹਦੀ ਬੌਂਡ ਡਿਸੋਸੀਏਸ਼ਨ ਐਨਰਜੀ ਜਿੰਨੀ ਜ਼ਿਆਦਾ ਘੱਟ ਹੋਊਗੀ, ਇਟ ਮੀਨਸ ਉਹ ਫ੍ਰੀ ਰੈਡੀਕਲ ਉਨਾ ਹੀ ਜ਼ਿਆਦਾ ਸਟੇਬਲ ਹੁੰਦਾ। ਠੀਕ ਹੈ, ਜਿਹਨੂੰ ਤੋੜ ਮਤਲਬ ਮੰਨ ਲਓ ਸੀ, ਅਤੇ ਇੱਥੋਂ ਮੈਂ ਐਚ ਨੂੰ ਮਤਲਬ ਮੰਨ ਲਓ ਐਚ ਜਾਂ ਕੁਛ ਵੀ ਕੋਈ ਵੀ ਗਰੁੱਪ ਹੈ, ਅਗਰ ਮੈਨੂੰ ਤੋੜਨ ਦੇ ਵਿੱਚ ਜਿੰਨੀ ਘੱਟ ਐਨਰਜੀ ਲੱਗੂਗੀ, ਉਨਾ ਹੀ ਜ਼ਿਆਦਾ ਤੁਹਾਡਾ ਫ੍ਰੀ ਰੈਡੀਕਲ ਕੀ ਹੋਊਗਾ? ਸਟੇਬਲ ਹੋਊਗਾ। ਤਾਂ ਟਰਸ਼ਨੀ ਨੂੰ ਜਦੋਂ ਆਪਾਂ ਮਤਲਬ ਫ੍ਰੀ ਰੈਡੀਕਲ ਬਣਾਉਂਦੇ ਹਾਂ ਤਾਂ ਬੌਂਡ ਡਿਸੋਸੀਏਸ਼ਨ ਐਨਰਜੀ ਬਹੁਤ ਘੱਟ ਹੁੰਦੀ ਹੈ, ਤਾਂ ਇਹ ਕੀ ਹੁੰਦਾ? ਜ਼ਿਆਦਾ ਸਟੇਬਲ ਹੁੰਦਾ। ਉਸ ਤੋਂ ਬਾਅਦ ਸੈਕੰਡਰੀ, ਉਸ ਤੋਂ ਬਾਅਦ ਤੁਹਾਡਾ ਕਿਹੜਾ ਆ ਜਾਂਦਾ? ਪ੍ਰਾਇਮਰੀ ਆ ਜਾਂਦਾ। ਠੀਕ ਹੈ, ਇਸ ਤੋਂ ਬਿਨਾਂ ਆਪਾਂ ਹਾਈਪਰ ਕੰਜੂਗੇਸ਼ਨ ਵੀ ਕਰਕੇ ਆਏ, ਮੈਂ ਤੁਹਾਨੂੰ ਪਹਿਲਾਂ ਵੀ ਕਰਾਇਆ, ਇਹਨੂੰ ਆਪਾਂ ਨੇਥਨ ਬੇਕਰ ਵੀ ਬੋਲ ਦਿੰਦੇ ਹਾਂ। ਮੀਨਸ ਮੰਨ ਲਓ ਇੱਥੋਂ ਬੌਂਡ ਟੁੱਟ ਜ਼ਰੂਰ ਜਾਂਦਾ, ਪਰ ਜੋ ਮੰਨ ਲਓ ਇੱਥੇ ਮੰਨ ਲਓ ਹਾਈਡਰੋਜਨ ਨਾਲੋਂ ਬੌਂਡ ਟੁੱਟਿਆ, ਪਰ ਇੱਥੇ ਵੀ ਕੀ ਹੋਊਗਾ ਕਿ ਇਹ ਇੱਥੋਂ ਆਪਣੀ ਜਗ੍ਹਾ ਛੱਡ ਕੇ ਨਹੀਂ ਜਾਂਦਾ। ਇਹਨਾਂ ਦੇ ਵਿੱਚ ਕੋਈ ਨਾ ਕੋਈ ਫੋਰਸਿਸ ਹੁੰਦੀਆਂ ਨੇ, ਬੌਂਡ ਨਹੀਂ ਹੁੰਦਾ ਪਰ ਕੋਈ ਨਾ ਕੋਈ ਫੋਰਸਿਸ ਹੁੰਦੀਆਂ ਨੇ ਜਿਹੜੀਆਂ ਇਹਨੂੰ ਇਹਦੇ ਕੋਲ ਰੱਖਦੀਆਂ ਨੇ। ਠੀਕ ਹੈ ਨਾ, ਤਾਂ ਦੇਖੋ ਜਿੰਨਾ ਜ਼ਿਆਦਾ ਹਾਈਪਰ ਕੰਜੂਗੇਸ਼ਨ ਹੋਊਗਾ, ਉਨੀ ਜ਼ਿਆਦਾ ਆਪਣੇ ਕੋਲ ਕੀ ਹੁੰਦੀ ਹੈ? ਸਟੇਬਿਲਿਟੀ ਹੁੰਦੀ ਹੈ। ਤਾਂ ਟਰਸ਼ਰੀ ਹੋਊਗਾ, ਟਰਸ਼ਰੀ ਆਪਣੇ ਕੋਲ ਹਾਈਪਰ ਕੰਜੂਗੇਸ਼ਨ ਜਿਹੜੇ ਬਣਾਊਗਾ ਸਟਰਕਚਰ, ਉਹ ਜ਼ਿਆਦਾ ਬਣਾਊਗਾ, ਸੋ ਮੋਰ ਸਟੇਬਲ, ਦੈਨ ਸੈਕੰਡਰੀ, ਦੈਨ ਪ੍ਰਾਇਮਰੀ, ਅਤੇ ਉਸ ਤੋਂ ਬਾਅਦ ਕਿਹੜਾ ਆਜੂਗਾ ਤੁਹਾਡੇ ਕੋਲ? ਮਿਥਾਇਲ ਗਰੁੱਪ ਆਜੂਗਾ। ਫਾਈਨ, ਨੈਕਸਟ ਤੁਹਾਡੇ ਕੋਲ ਆਉਂਦਾ ਬੱਚੇ, ਇਹ ਸਾਰਾ ਬੌਂਡ ਡਿਸੋਸੀਏਸ਼ ਮਤਲਬ ਹਾਈਪਰ ਕੰਜੂਗੇਸ਼ਨ ਦਾ ਹੀ ਦੱਸਿਆ ਹੋਇਆ। ਉਸ ਤੋਂ ਨੈਕਸਟ ਤੁਹਾਡੇ ਕੋਲ ਰੈਜੋਨੈਂਸ ਵੀ ਆ ਜਾਂਦਾ। ਇਹ ਵੀ ਮੈਂ ਤੁਹਾਨੂੰ ਪਹਿਲਾਂ ਬਹੁਤ ਵਾਰ ਦੱਸ ਚੁੱਕੀ ਹਾਂ ਕਿ ਔਰਗੈਨਿਕ ਕੈਮਿਸਟਰੀ ਦੇ ਵਿੱਚ ਕੀ ਹੁੰਦਾ? ਮੋਰ ਰੈਜੋਨੇਟਿੰਗ ਸਟਰਕਚਰ, ਮੋਰ ਇਜ਼ ਦਾ ਸਟੇਬਿਲਿਟੀ। ਜਿੰਨੇ ਜ਼ਿਆਦਾ ਰੈਜੋਨੇਟਿੰਗ ਸਟਰਕਚਰ ਹੋਣਗੇ, ਉਨੀ ਜ਼ਿਆਦਾ ਸਟੇਬਿਲਿਟੀ ਹੋਊਗੀ। ਤਾਂ ਜਦੋਂ ਬੈਂਜੀਨ ਰਿੰਗ ਦੇ ਨਾਲ ਕੀ ਬਣ ਰਿਹਾ ਆਪਣੇ ਕੋਲ? ਫ੍ਰੀ ਰੈਡੀਕਲ ਬਣ ਰਿਹਾ, ਤਾਂ ਉਹ ਵਾਲਾ ਫ੍ਰੀ ਰੈਡੀਕਲ ਆਪਣੇ ਕੋਲ ਕੀ ਹੋਊਗਾ? ਜ਼ਿਆਦਾ ਸਟੇਬਲ ਹੋਊਗਾ ਦੂਸਰਿਆਂ ਦੇ ਕੰਪੈਰੀਜ਼ਨ। ਇਸ ਤੋਂ ਬਾਅਦ ਤੁਹਾਡਾ ਨੈਕਸਟ ਹੈਗਾ, ਉਹ ਹੈਗਾ ਕਾਰਬੀਨਸ। ਠੀਕ ਹੈ, ਕਾਰਬੀਨ
ਫਾਈਨ, ਅਗਰ ਦੋ ਹੋਣ ਤਾਂ ਉਹਨੂੰ ਕੀ ਬੋਲਿਆ ਜਾਂਦਾ? ਕਾਰਬੀਨ ਬੋਲਿਆ ਜਾਂਦਾ। ਤਾਂ ਜਦੋਂ ਕਾਰਬਨ ਦੇ ਉੱਤੇ ਇੱਕ ਲੋਨ ਪੇਅਰ, ਪੂਰਾ ਇੱਕ ਲੋਨ ਪੇਅਰ ਪਿਆ ਹੋਵੇ ਇਲੈਕਟ੍ਰੋਨਸ ਦਾ, ਤਾਂ ਉਹਨੂੰ ਕੀ ਬੋਲਿਆ ਜਾਂਦਾ? ਕਾਰਬੀਨ ਬੋਲਿਆ ਜਾਂਦਾ। ਇਹ ਬਹੁਤ ਜ਼ਿਆਦਾ ਰਿਐਕਟਿਵ ਹੁੰਦੇ ਨੇ ਔਰ ਵੈਰੀ ਸ਼ੋਰਟ ਲਿਵਡ ਹੁੰਦੇ ਨੇ, ਮੀਨਸ ਜ਼ਿਆਦਾ ਇਹਨਾਂ ਦਾ ਲਾਈਫ ਟਾਈਮ ਜ਼ਿਆਦਾ ਨਹੀਂ ਹੁੰਦਾ। ਠੀਕ ਹੈ, ਉਸ ਤੋਂ ਬਾਅਦ ਆ ਗਿਆ ਟਾਈਪਸ ਆਫ ਕਾਰਬਿਨ। ਟਾਈਪਸ ਆਫ ਕਾਰਬਿਨ ਦੇ ਵਿੱਚ ਕੀ ਆਊਗਾ? ਇੱਕ ਸਿੰਗਲੇਟ ਕਾਰਬਿਨ ਹੁੰਦੀ ਹੈ, ਇੱਕ ਆਪਣੇ ਕੋਲ ਕਿਹੜੀ ਹੁੰਦੀ ਹੈ? ਟ੍ਰਿਪਲੇਟ ਕਾਰਬਨ ਹੁੰਦੀ ਹੈ। ਸਿੰਗਲੇਟ ਕਾਰਬਿਨ, ਅਤੇ ਇਹ ਬਹੁਤ ਇੰਪੋਰਟੈਂਟ ਹੈ ਬੱਚੇ, ਮਤਲਬ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਤੁਹਾਨੂੰ ਦਿਖਾ ਦਿੰਦੀ ਹਾਂ। ਸਿੰਗਲੇਟ ਅਤੇ ਟ੍ਰਿਪਲੇਟ, ਜਿਹੜੀ ਆਹ ਵਾਲੀ ਕਾਰਬਿਨ ਹੁੰਦੀ ਹੈ ਸਿੰਗਲੇਟ ਹੁੰਦੀ ਹੈ, ਮੀਨਸ ਅਨਹੈਬ੍ਰਿਡਾਈਜ਼ਡ ਔਰਬਿਟਲ ਨੇ ਸਾਰੇ। ਠੀਕ ਹੈ, ਪਰ ਇਹ ਦੋਨੋਂ ਦੇ ਦੋਨੋਂ ਇਲੈਕਟ੍ਰੋਨ ਇੱਕੋ ਲੋਬ ਦੇ ਵਿੱਚ ਪਏ ਹੋਣਗੇ, ਸੇਮ ਲੋਬ ਦੇ ਵਿੱਚ, ਤਾਂ ਇਹਨੂੰ ਆਪਾਂ ਸਿੰਗਲੇਟ ਬੋਲ ਦਿੰਦੇ ਹਾਂ। ਅਗਰ ਇਹ ਆਪਣੇ ਕੋਲ ਕਿਹਦੇ ਕੋਲ ਪਏ ਹੋਣ? ਅਲੱਗ ਅਲੱਗ ਲੋਬਸ ਦੇ ਵਿੱਚ ਪਏ ਹੁੰਦੇ ਨੇ, ਹਰ ਇੱਕ ਲੋਬ ਦੇ ਵਿੱਚ ਇੱਕ ਇੱਕ ਇਲੈਕਟ੍ਰੋਨ ਹੈ, ਤਾਂ ਉਹਨੂੰ ਆਪਾਂ ਕੀ ਬੋਲ ਦਿੰਦੇ ਹਾਂ? ਟ੍ਰਿਪਲੇਟ ਕਾਰਬਿਨ ਬੋਲ ਦਿੰਦੇ ਹਾਂ। ਫਾਈਨ, ਤਾਂ ਤੁਸੀਂ ਇਹਨਾਂ ਦਾ ਸਭ ਤੋਂ ਪਹਿਲਾਂ ਤਾਂ ਸਟਰਕਚਰ ਬਣਾ ਕੇ ਆਉਂਗੇ। ਜੇ ਤੁਹਾਨੂੰ ਕਾਰਬੀਨ ਦਾ ਆਉਂਦਾ, ਤੁਸੀਂ ਕੀ ਲਿਖ ਕੇ ਆਉਂਗੇ ਕਿ ਸਿੰਗਲੇਟ ਕਾਰਬੀਨ ਦੇ ਵਿੱਚ ਕੀ ਹੁੰਦਾ? ਐਮਟੀ 2p ਔਰਬਿਟਲ ਹੁੰਦੇ ਨੇ, ਕਾਰਬਨ sp2 ਹਾਈਬ੍ਰਿਡਾਈਜ਼ਡ ਹੁੰਦਾ, ਪਰ ਜਿਹੜੇ ਲੋਨ ਪੇਅਰਸ ਹੁੰਦੇ ਨੇ ਉਹ ਇੱਕੋ ਲੋਬ ਦੇ ਵਿੱਚ ਹੁੰਦੇ ਨੇ। ਜਿਹੜੇ ਟ੍ਰਿਪਲੇਟ ਕਾਰਬੀਨ ਹੁੰਦੀ ਹੈ, ਇਹਦੇ ਵਿੱਚ ਜਿਹੜੇ ਲੋਨ ਪੇਅਰਸ ਹੁੰਦੇ ਨੇ ਉਹ ਡਿਫਰੈਂਟ ਡਿਫਰੈਂਟ ਲੋਬਸ ਦੇ ਵਿੱਚ ਕੀ ਹੁੰਦੇ ਨੇ? ਪ੍ਰੈਜੈਂਟ ਹੁੰਦੇ ਨੇ। ਠੀਕ ਹੈ, ਇਸ ਤੋਂ ਬਿਨਾਂ ਆਪਾਂ ਹੋਰ ਇਹਨਾਂ ਇਹਦੇ ਬਾਰੇ ਥੋੜ੍ਹਾ ਜਿਹਾ ਪੜ੍ਹਦੇ ਹਾਂ। ਕਹਿੰਦੇ ਜਿਹੜੀ ਸਿੰਗਲੇਟ ਕਾਰਬਿਨ ਹੁੰਦੀ ਹੈ, ਇਹਦੇ ਵਿੱਚ ਜਿਹੜੇ ਇਲੈਕਟ੍ਰੋਨਸ ਹੁੰਦੇ ਨੇ ਉਹ ਪੇਅਰਡ ਹੁੰਦੇ ਨੇ, ਆਪਾਂ ਪਹਿਲਾਂ ਵੀ ਪੜ੍ਹ ਕੇ ਆਏ ਕਿ ਇੱਕੋ ਹੀ ਲੋਬ ਦੇ ਵਿੱਚ ਆਉਣਗੇ ਤਾਂ ਓਬਵੀਅਸਲੀ ਪੇਅਰਡ ਹੋਣਗੇ, ਟ੍ਰਿਪਲੇਟ ਦੇ ਵਿੱਚ ਪੇਅਰਡ ਨਹੀਂ ਹੁੰਦੇ ਹੈਗੇ। ਤਾਂ ਇਹਨਾਂ ਦਾ ਸਟਰਕਚਰ ਵੀ ਆਹ ਵਾਲਾ ਬਣਦਾ, ਸਿੰਗਲੇਟ ਦਾ ਆਹ ਵਾਲਾ ਕਿਹੜਾ ਬਣ ਗਿਆ ਬੱਚੇ? ਟ੍ਰਿਪਲੇਟ ਦਾ। ਨੈਕਸਟ ਆਪਾਂ ਫੋਰਮੇਸ਼ਨ ਕਰਦੇ ਹਾਂ ਕਿ ਜਿਹੜੀ ਕਾਰਬਿਨ ਹੈ ਉਹ ਕਿੱਦਾਂ ਬਣਦੀ ਹੈ। ਤਾਂ ਆਪਣੇ ਕੋਲ ਫੋਰਮੇਸ਼ਨ ਦੇ ਵਿੱਚ ਦੇਖੋ CH2N2 ਗਰੁੱਪ, ਇਹਨੂੰ ਤੁਸੀਂ ਸਿੰਪਲ ਸੈਲਾਈਡ ਦੀ ਪ੍ਰੈਜੈਂਸ ਦੇ ਵਿੱਚ ਇਹਨੂੰ ਹੀਟ ਕੀਤਾ, ਤੁਹਾਡੇ ਕੋਲ ਕੀ ਬਣ ਗਈ? ਕਾਰਬਿਨ। ਤਾਂ ਤੁਸੀਂ ਕੋਈ ਵੀ ਮਤਲਬ ਇਹਦੀਆਂ ਤਿੰਨੋਂ ਕਰ ਲਓ, ਤਿੰਨੋਂ ਇੰਪੋਰਟੈਂਟ ਹੈ ਵੈਸੇ। ਕਿਟੀਨ ਤੋਂ ਵੀ ਬਣ ਜਾਂਦੀ ਹੈ। ਕਿਟੀਨ ਕੀ ਹੁੰਦੀ ਹੈ? ਜਦੋਂ ਕਾਰਬਨ ਦੇ ਦੋਨੋਂ ਸਾਈਡ ਡਬਲ ਬੌਂਡ ਹੋਵੇ, ਇੱਕ ਸਾਈਡ ਬਟ ਓ ਲੱਗਿਆ ਹੋਵੇ, ਤਾਂ ਉਹਨੂੰ ਆਪਾਂ ਕਿਟੀਨ ਬੋਲ ਦਿੰਦੇ ਹਾਂ। ਠੀਕ ਹੈ, ਅਤੇ ਇਸ ਇਹ ਵੀ ਇਹ ਨੋਟ ਸੋ ਇੰਪੋਰਟੈਂਟ, ਇਹ ਨਾ ਕਰਿਓ, ਚਾਹੇ ਤੁਸੀਂ ਪਹਿਲੀਆਂ ਦੋ ਕਰ ਲਿਓ, ਇਨਫ ਹੈ। ਫਾਈਨ, ਪਹਿਲੀਆਂ ਦੋ ਹੀ ਬਹੁਤ ਨੇ ਤੁਹਾਡੇ ਲਈ। ਇਸ ਤੋਂ ਬਿਨਾਂ ਤੁਹਾਨੂੰ ਇਹਦਾ ਮਤਲਬ ਬਹੁਤ ਜ਼ਿਆਦਾ ਆਉਂਦਾ, ਜਿਹੜਾ ਕਿ ਇੰਪੋਰਟੈਂਟ ਵੀ ਹੈ ਕੁਸ਼ਚਨ, ਕਿ ਕੰਪੈਰੀਜ਼ਨ ਕਰਨਾ ਹੁੰਦਾ ਸਿੰਗਲੇਟ ਅਤੇ ਟ੍ਰਿਪਲੇਟ ਦਾ। ਤਾਂ ਤੁਸੀਂ ਸਿੰਗਲੇਟ ਵਿੱਚ ਸੇਮ ਚੀਜ਼ ਲਿਖੋਗੇ ਕਿ ਟੂ ਅਨਸ਼ੇਅਰਡ, ਜਿਹੜੇ ਅਨਸ਼ੇਅਰਡ ਇਲੈਕਟ੍ਰੋਨਸ ਹੁੰਦੇ ਆ ਉਹ ਸੇਮ ਔਰਬਿਟਲ ਵਿੱਚ ਹੁੰਦੇ ਆ, ਇਹਦੇ ਕੀ ਹੁੰਦੇ? ਡਿਫਰੈਂਟ ਹੁੰਦੇ ਆ। ਇਹ ਲੈੱਸ ਸਟੇਬਲ ਹੁੰਦਾ, ਇਹ ਵਾਲਾ ਕੀ ਹੁੰਦਾ? ਜ਼ਿਆਦਾ ਸਟੇਬਲ ਹੁੰਦਾ। ਇਹਦਾ ਜਿਹੜਾ ਸੈਂਟਰਲ ਕਾਰਬਨ ਹੁੰਦਾ ਉਹ sp2 ਹਾਈਬ੍ਰਿਡਾਈਜ਼ਡ ਹੁੰਦਾ, ਪਰ ਇਹਦਾ ਜਿਹੜਾ ਸੈਂਟਰਲ ਕਾਰਬਨ ਹੁੰਦਾ ਉਹ ਕੀ ਹੁੰਦਾ ਬੱਚੇ? sp ਹਾਈਬ੍ਰਿਡਾਈਜ਼ਡ ਹੁੰਦਾ। ਇਹ ਇਹਨਾਂ ਦੇ ਵਿੱਚ ਡਿਫਰੈਂਸ ਆ ਜਾਂਦਾ। ਠੀਕ ਹੈ, ਅਤੇ ਇੱਕ ਉੱਥੇ ਕੁਸ਼ਚਨ ਆਪਣੇ ਕੋਲ ਹੋਰ ਵੀ ਆਉਂਦਾ ਕਿ ਸਿੰਗਲੇਟ ਜਾਂ ਮਤਲਬ ਟ੍ਰਿਪਲੇਟ ਜਾਂ ਸਿੰਗਲੇਟ ਦੇ ਵਿੱਚੋਂ ਕਿਹੜਾ ਜ਼ਿਆਦਾ ਸਟੇਬਲ ਹੈ? ਤਾਂ ਟ੍ਰਿਪਲੇਟ ਆਪਣੇ ਕੋਲ ਜ਼ਿਆਦਾ ਸਟੇਬਲ ਹੈ। ਟ੍ਰਿਪਲੇਟ ਜ਼ਿਆਦਾ ਸਟੇਬਲ ਕਿਉਂ ਹੈ? ਕਿਉਂਕਿ ਇਹਦੀ એનર્ਜੀ ਘੱਟ ਹੁੰਦੀ ਹੈ। ਤਾਂ ਲੈਸਰ એનર્ਜੀ ਮੋਰ ਸਟੇਬਿਲਿਟੀ। ਠੀਕ ਹੈ, ਜਿਹਦੀ ਕੈਮਿਸਟਰੀ ਕੀ ਕਹਿੰਦੀ ਹੈ? ਜਿਹਦੀ ਜਿੰਨੀ ਜ਼ਿਆਦਾ ਘੱਟ એનર્ਜੀ ਹੋਊਗੀ ਉਹਦੀ ਸਟੇਬਿਲਿਟੀ ਉਨੀ ਹੀ ਕੀ ਹੁੰਦੀ ਹੈ? ਜ਼ਿਆਦਾ ਹੁੰਦੀ ਹੈ। ਫਾਈਨ ਬੱਚੇ, ਜੋ ਆਪਾਂ ਨੈਕਸਟ ਕਰਾਂਗੇ ਕੱਲ੍ਹ ਨੂੰ ਉਹ ਆਪਣਾ ਹੋਊਗਾ ਨਾਈਟ੍ਰੀਨਸ।